ਕੇਂਦਰ ਸਰਕਾਰ ਇੱਕ ਪਾਸੇ ਤਾਂ ਗਊ ਦੀ ਰੱਖਿਆ ਦੀ ਗੱਲ ਕਰਦੀ ਹੈ, ਦੂਜੇ ਪਾਸੇ ਉਹਨਾਂ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ। ਤਾਂ ਗਵਰਨਮੈਂਟ ਨੂੰ ਰਿਸਪੋਂਸੀਬਲ ਹੈ, ਬਾਕੀ ਸਿਟੀਜ਼ਨ ਨੂੰ ਚਾਹੀਦਾ ਵੀ ਧਿਆਨ ਰੱਖਣ ਮਾੜਾ ਜਿਹਾ। ਹੈਲੋ ਗਾਈਸ, ਵੈਲਕਮ ਬੈਕ ਟੂ ਲੁਧਿਆਣਾ ਲਾਈਵ, ਮੈਂ ਆਸ਼ੀਸ਼ ਉੱਪਲ ਤੇ ਮੈਂ ਅਲਕਾ ਸ਼ਰਮਾ। ਸ਼ਹਿਰ ਦੇ ਵਿੱਚ ਜਿਹੜੀ ਪਸ਼ੂਆਂ ਦੀ ਮਾੜੀ ਹਾਲਤ ਚੱਲ ਰਹੀ ਹੈ, ਉਸ ਬਾਰੇ ਲੋਕਾਂ ਦੇ ਵਿਚਾਰ ਜਾਣਨ ਲਈ ਅੱਜ ਅਸੀਂ ਆਏ ਹਾਂ ਲੁਧਿਆਣਾ ਦੇ MBD ਮਾਲ ਦੇ ਵਿੱਚ। ਤੇ ਆਪ ਪੁੱਛਦੇ ਆ ਲੋਕਾਂ ਤੋਂ ਕਿ ਉਹਨਾਂ ਦੇ ਕੀ ਵਿਚਾਰ ਨੇ ਇਸ ਬਾਰੇ। ਸਰ, ਤੁਹਾਡਾ ਫੇਵਰਿਟ ਪੈਟ ਕਿਹੜਾ ਹੈ? ਮੈਂ ਫੇਵਰਿਟ ਪੈਟ ਡੌਗ ਹੈ ਜੀ। ਫੇਵਰਿਟ ਐਨੀਮਲ ਸਰ? ਡੌਗ। ਡੌਗ ਹੀ ਹੈ ਜੀ। ਸ਼ੇਰ? ਸ਼ੇਰ। ਡੌਗਸ ਤਾਂ ਵੈਸੇ ਹੀ ਮੈਨੂੰ ਬਹੁਤ ਅੱਛੇ ਲੱਗਦੇ ਆ, ਡੌਗਸ ਵਗੈਰਾ ਤਾਂ। ਸ਼ੇਰ ਹੀ ਹੈ ਆਪਾਂ। ਜੋ ਡੌਗ ਹੋਤਾ ਵੋ ਵਫਾਦਾਰ ਹੋਤਾ ਹੈ, ਇਸ ਲਈ ਮੁਝੇ ਪਸੰਦ ਆ। ਖਰਗੋਸ਼। ਡੌਗ ਆ, ਜ਼ਿਆਦਾ ਤਾਂ ਜ਼ਿਆਦਾ ਟਾਈਮ ਉਹਦੇ ਨਾਲ ਸਪੈਂਡ ਹੁੰਦਾ, ਬਾਕੀ ਹਾਰਸ ਨਾਲ ਘੰਟਾ ਡੇਢ ਘੰਟਾ ਉਹਦੇ ਨਾਲ ਵੀ ਸ਼ੇਅਰ ਕਰੀਦਾ। ਸਰ, ਤੁਹਾਡਾ ਜਾਨਵਰਾਂ ਦੇ ਨਾਲ ਕਿੰਨਾ ਕੁ ਲਗਾਵ ਹੈ? ਜਾਨਵਰਾਂ ਦੇ ਨਾਲ ਬਹੁਤ ਲਗਾਵ ਜੀ, ਅਸੀਂ ਵਿਲੇਜ ਤੋਂ ਬਿਲੋਂਗ ਕਰਦੇ ਹਾਂ, ਸਾਡਾ ਵੈਸੇ ਬਿਜ਼ਨਸ ਵੀ ਹੁੰਦਾ ਜੀ ਜਿੱਦਾਂ ਕਿ ਕਾਓ ਫਾਰਮਰ ਵਗੈਰਾ ਦਾ। ਐਨੀਮਲਸ ਕੇ ਸਾਥ ਮੈਮ ਮੇਰਾ ਅੱਛਾ ਲਗਾਵ ਹੈ ਕਿ ਐਨੀਮਲਸ ਮੁਝੇ ਬਹੁਤ ਅੱਛੇ ਲੱਗਦੇ ਹੈ। ਜਾਨਵਰਾਂ ਨਾਲ ਸਾਡਾ ਬਹੁਤ ਲਗਾਵ ਹੈ ਜੀ, ਇਹ ਫਾਰਮਰ ਬੰਦੇ ਹੈ ਜੀ, ਕਿਉਂਕਿ ਸਾਡਾ ਜ਼ਿਆਦਾਤਰ ਪਸ਼ੂ ਪਾਲਣ ਦੇ ਧੰਦੇ ਹੋਰ ਜਿਵੇਂ ਸਾਡੀ ਬਹੁਤ ਹੈਲਪ ਕਰਦੇ ਆ। ਜੀ, ਹੁਣ ਪਿੰਡਾਂ 'ਚ ਰਹਿੰਦੇ ਹਾਂ, ਜਾਨਵਰਾਂ ਨਾਲ ਸਾਡਾ ਲਗਾਵ ਹੈਗਾ, ਜਿਵੇਂ ਮੱਝਾਂ ਗਾਵਾਂ ਰੱਖੀਆਂ ਹੁੰਦੀਆਂ ਨਾ ਘਰ, ਜਾਂ ਜਿਵੇਂ ਡੌਗਸ ਵਗੈਰਾ, ਤੋ ਲਗਾਵ ਸਾਡਾ ਪਿੰਡ ਵਾਲਿਆਂ ਦਾ ਜਾਨਵਰਾਂ ਨਾਲ ਹੁੰਦਾ ਹੀ ਹੁੰਦਾ। ਕਾਫੀ ਲਗਾਵ ਆ, ਮੇਰੇ ਘਰੇ ਕਾਫੀ ਪਾਲਤੂ ਜਾਨਵਰ ਰੱਖੇ ਆ। ਜਿਵੇਂ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਜਾਨਵਰਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ, ਰੋਡ 'ਤੇ ਬਹੁਤ ਐਕਸੀਡੈਂਟ ਹੁੰਦੇ ਉਹਨਾਂ ਕਰਕੇ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਿਚੁਏਸ਼ਨ ਦੇਖ ਕੇ? ਜ਼ਿਆਦਾਤਰ ਐਕਸੀਡੈਂਟ ਦਾ ਜ਼ਿਆਦਾ ਕਾਰਨ ਅੱਜ ਤੁਹਾਨੂੰ ਵੀ ਪਤਾ ਵੀ ਜਾਨਵਰ ਹੀ ਆ। ਜਿੱਦਾਂ ਆਪਾਂ ਦੇਖ ਕਹਿੰਦੇ ਜਿਹੜਾ ਬੰਦਾ ਮੁਰਗਾ ਜਾਂ ਹੋਰ ਕੁਛ ਖਾ ਸਕਦਾ, ਇਹ ਗਾਂ ਜਾਂ ਕੋਈ ਬੈਲ ਆ ਉਹ ਵੀ ਖਾ ਲੂ, ਕੋਈ ਵੱਡੀ ਗੱਲ ਨਹੀਂ, ਬਾਹਰਲੇ ਮੁਲਕਾਂ 'ਚ ਸਭ ਕੁਛ ਖਾਂਦੇ ਆ, ਉਹ ਆਪਣੇ ਆਪ ਜ਼ਿਆਦਾ ਕਾਮਯਾਬ। ਸ਼ਹਿਰ ਵਾਸੀਆਂ ਨੂੰ ਚਾਹੀਦਾ ਜਾਂ ਉਹਨਾਂ ਵਾਸਤੇ ਅਲੱਗ ਪਲੇਸਿਸ ਬਣਾਈਆਂ ਜਾਣ ਜਿੱਥੇ ਉਹਨਾਂ ਨੂੰ ਫੂਡ ਪ੍ਰੋਵਾਈਡ ਕੀਤਾ ਜਾਵੇ। ਗਵਰਨਮੈਂਟ ਨੂੰ ਰਿਸਪੋਂਸੀਬਲ ਹੈ, ਬਾਕੀ ਸਿਟੀਜ਼ਨ ਨੂੰ ਚਾਹੀਦਾ ਵੀ ਧਿਆਨ ਰੱਖਣ ਮਾੜਾ ਜਿਹਾ। ਗਾਵਾਂ ਵਗੈਰਾ ਹੋ ਗਈਆਂ ਜਿਹੜੀਆਂ, ਇਹਨਾਂ ਦਾ ਬਹੁਤ ਬੁਰਾ ਹਾਲ ਹੈ, ਜਿਵੇਂ ਹਾਈਵੇ ਤੋਂ ਅੱਜ ਅਸੀਂ ਬਾਹਰੋਂ ਹੀ ਆਏ ਹਾਂ, ਅਤੇ ਹਾਈਵੇ 'ਤੇ ਰਾਤ ਨੂੰ ਅਗਰ ਡਰਾਈਵ ਕਰਨਾ ਬਹੁਤ ਉਹ ਔਖਾ ਹੋ ਗਿਆ। ਅਲੱਗ ਬਣਾਉਣਾ ਚਾਹੀਦਾ ਇਹਨਾਂ ਲਈ ਏਰੀਆ, ਜਿੱਥੇ ਇਹਨਾਂ ਲਈ ਪੂਰੀ ਰੱਖਿਆ ਵੀ ਕੀਤੀ ਜਾਵੇ, ਪੂਰੀ ਸੇਫਟੀ ਹੋਵੇ ਇਹਨਾਂ ਲਈ। ਇਹ ਜਿਹੜੇ ਆਵਾਰਾ ਪਸ਼ੂ ਆ ਸੜਕਾਂ 'ਤੇ ਰਹਿੰਦੇ ਆ ਜੀ ਬਹੁਤ ਜ਼ਿਆਦਾ, ਜਿਹਦੇ ਨਾਲ ਐਕਸੀਡੈਂਟ ਵਗੈਰਾ ਜ਼ਿਆਦਾ ਹੋ ਰਹੇ ਆ ਜੀ, ਛੋਟੇ ਛੋਟੇ ਬੱਚਿਆਂ ਨੂੰ ਅਤੇ ਉਹ ਅਟੈਕ ਕਰ ਰਹੇ ਆ ਗੇ। ਵੇਖੋ ਜੀ, ਕੇਂਦਰ ਸਰਕਾਰ ਇੱਕ ਪਾਸੇ ਤਾਂ ਗਊ ਦੀ ਰੱਖਿਆ ਦੀ ਗੱਲ ਕਰਦੀ ਹੈ, ਦੂਜੇ ਪਾਸੇ ਉਹਨਾਂ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ। ਪੰਜਾਬ ਦੇ ਵਿੱਚ ਵੀ ਬਿੱਲਾਂ ਦੇ ਵਿੱਚ ਗਊ ਸੈਸ ਲਿਆ ਜਾ ਰਿਹਾ ਸਾਥੋਂ, ਅਤੇ ਕੋਈ ਸਰਕਾਰ ਦੀ, ਪੰਜਾਬ ਗੌਰਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ। ਸਰਕਾਰ ਕੋ ਇਹ ਕਦਮ ਉਠਾਉਣਾ ਚਾਹੀਏ ਕਿ ਉਨਕੇ ਲਈ ਮਤਲਬ ਅਲੱਗ ਸੇ ਕੁਛ ਸੰਸਥਾ ਨਹੀਂ ਆ, ਕੁਛ ਉਹ ਕਰਨਾ ਚਾਹੀਏ। ਇਹਨਾਂ ਨੂੰ ਮਾਨਣਾ ਨਹੀਂ ਚਾਹੀਦਾ, ਇਹਨਾਂ ਨੇ ਦੇਖਭਾਲ ਕਰਨੀ ਚਾਹੀਦੀ ਹੈ। ਪਸ਼ੂ ਸੜਕਾਂ 'ਤੇ ਤੁਰੇ ਫਿਰਦੇ ਆ ਨਾ, ਐਕਸੀਡੈਂਟ ਦਾ ਕਾਰਨ ਬਣਦੇ ਆ, ਇਹਦੀ ਮਾੜੀ ਹਾਲਤ ਦੀ ਮੈਮ ਜ਼ਿੰਮੇਵਾਰ ਸਰਕਾਰ ਤਾਂ ਹੈ ਹੀ ਹੈ, ਨਾਲ ਲੋਕ ਵੀ ਆ। ਬਹੁਤ ਪੈਸਾ ਆ ਰਿਹਾ ਬਟ ਉਹ ਜਾਨਵਰਾਂ ਦੀ ਕੋਈ ਕੇਅਰ ਨਹੀਂ ਕਰ ਰਿਹਾ, ਬਹੁਤ ਦੇਖ ਕੇ ਦੁੱਖ ਆ ਰਿਹਾ ਉਹਨਾਂ ਦਾ, ਬੁਰਾ ਹਾਲਾ, ਕੋਈ ਜ਼ਖਮੀ ਪਿਆ, ਕੋਈ ਟਰੱਕ ਫੇਟਦਾ, ਇੱਦਾਂ ਜਾਣੀ ਬੜਾ ਮਨ 'ਚ ਮਤਲਬ ਦੁੱਖ ਲੱਗਦਾ ਉਹਨਾਂ ਨੂੰ ਦੇਖ ਕੇ ਹਾਲਤ 'ਚ। ਸੋ ਇਹ ਸੀ ਲੋਕਾਂ ਦੇ ਵਿਚਾਰ ਇਸ ਮੁੱਦੇ ਨੂੰ ਲੈ ਕੇ। ਸੋ ਤੁਹਾਡਾ ਵੀ ਕੀ ਕਹਿਣਾ ਇਸ ਮੁੱਦੇ ਦੇ ਬਾਰੇ, ਸਾਡੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਤਦ ਤੱਕ ਵੇਖਦੇ ਰਹੋ ਲੁਧਿਆਣਾ ਲਾਈਵ। Hey there. Subscribe to my channel and also press this bell icon so you never miss any new updates, cause whenever we upload new video you will get a notification on your phone.